ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੇ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270198817। ਸੋ ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਵਿਹੜਾਂ ਸੂਈਆਂ ਸਵਾਈਆਂ ਸੇਲ ਆ, ਡਿਟੇਲ ਵੀਰ ਤੋਂ ਪੁੱਛਦੇ ਹਾਂ, ਆਓਗੇ ਕਰੀਏਗਾ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਵੀਰੇ ਕੁਲਦੀਪ ਸਿੰਘ, ਪਿੰਡ ਗੁਰਮਾਮ ਦੇ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਆਪਣਾ ਜੀ? ਬੱਚਾ ਤੁਸੀਂ ਦੇਖ ਸਕਦੇ ਹੋ, ਬੱਚੀ ਹੈਗੀ, ਇਹ ਜਨਮ ਲੈਣ ਸਾਰ ਦੋ ਚਾਰ ਘੰਟਾ ਬਾਅਦ ਮਰ ਗਈ ਕਿਤੇ, ਹਨਾ। ਸੋ ਆਹ ਦੇਖੋ ਬੱਚੀ, ਇਹ ਹੋ ਗਈ ਐਕਸਪਾਇਰ, ਤੇ ਫਿਰ ਚੋਇਸ ਵੀ ਵਧੀਆ ਕਰ ਲਈ ਆਪਾਂ ਇਹਦੀ, ਪੂਰੀ ਠੰਡੀ ਆ। ਮੇਰਾ ਨਿਆਣਾ ਪਾਓ ਤੇ ਬਹਿਜੋ, ਚਾਹੇ ਦੋਨਾਂ ਪਾਸੇ ਬਹਿ ਕੇ ਜਾਓ, ਬਹਿ ਕੇ ਜਾਓ ਕਰ ਲਿਓ, ਆਪਾਂ ਧਾਰਾ ਮਾਰ ਕੇ ਦਿਖਾ ਦਾਂਗੇ। ਠੀਕ ਹੈ, ਧੋਰੀ ਪਹਿਲਾਂ ਬਾਹਰ ਨੂੰ ਇਹਨੂੰ। ਸੋ ਬਰੋ, ਸੂਆ ਬਾਈ ਜੀ, ਸੂਆ ਦੂਜਾ, ਹਨਾ। ਪਹਿਲੇ ਸੂਏ ਮਾਲਕ ਨੇ ਦੁੱਧ ਕਿੰਨਾ ਕੁ ਦੱਸਿਆ ਇਹਦਾ? ਪਹਿਲੇ ਸੂਏ ਵੀਰੇ 17-18 ਲੀਟਰ ਤੋਂ ਆਇਆ ਹੈ। ਪਹਿਲੇ ਸੂਏ ਮੰਨ ਕੇ ਚੱਲੇ ਵੀ 16 ਕਿਲੋ ਤੋਂ ਬਾਹਰ ਵਾਲੀ ਵੈੜ ਸੀਗੀ ਇਹ। ਹਾਂ ਹਾਂ ਵੀਰੇ, ਬਾਕੀ ਵੱਡੀ ਵੈੜ ਹੈ। ਠੀਕ ਹੈ, ਸੋ ਵੱਡੀ ਵੈੜ ਹੈ, ਜਿੰਦੇ ਨਾਲ ਇਕੱਲਾ ਬੱਚਾ ਐਕਸਪਾਇਰ ਹੋ ਗਿਆ ਤੇ ਜੇਲ ਵਗੈਰਾ ਕੰਮ ਡਰਨਾ ਜਾਵਾਂ। ਸੋ ਜੇਲ ਵਗੈਰਾ ਕੰਮ ਡਰਨਾ ਗਾ ਤੇ ਨਿਆਣਾ ਪਾਉਣਾ ਪਾਓ, ਨਹੀਂ ਪਾਉਣਾ ਕੋਈ ਦਿੱਕਤ ਨਹੀਂ, ਮੂੰਹ ਮੱਥਾ ਦੇਖ ਸਕਦੇ ਹੋ। ਤੇ ਥੋੜ੍ਹਾ ਜਿਹਾ ਹਲਕਾ ਬਣ ਜਾਏ, ਇਹਦੇ ਵਿੱਚ ਸਾਹੀਵਾਲ ਦਾ ਬਲੱਡ ਆਉਂਦਾ ਹੈਗਾ, ਕੁਛ ਕੁ ਪਰਸੈਂਟ ਜ਼ਿਆਦਾ ਨਹੀਂ, ਪਰ ਠੰਡੀ ਜਮਾਂ ਜਰਸੀ ਹੋਈ ਹੈ ਫੁੱਲ ਤਰ੍ਹਾਂ ਦੀ। ਬੱਚੇ ਆਪਾਂ ਜਰਸੀ ਜਿੱਦਾਂ ਦੇ ਮਰਜ਼ੀ ਲੈ ਲਿਓ, ਅਤੇ ਜਿੰਦ ਜਾਣ ਅਤੇ ਕੱਦ ਕਾਟ ਵਗੈਰਾ ਦੇਖੋ, ਫੁੱਲ ਸਾਈਜ਼ ਦੇ ਵਿੱਚ ਆ। ਅਤੇ ਐਤਕੀ ਅੰਦਾਜ਼ਾ ਲਾਈਏ ਵੀ ਕਿੰਨਾ ਦੁੱਧ ਮੰਨ ਕੇ ਲਵੇ ਬੰਦਾ ਇਹਨੂੰ? 20 ਲੀਟਰ ਮੰਨ ਕੇ ਲੈ ਲਏ ਅਤੇ ਚਵਾਈ ਧਾਰਾ ਓਕੇ ਆ? ਸੁਬਰੋ ਧਾਰਾ ਵਗੈਰਾ ਦੇਖੋ, ਪਾਣੀ ਚੂਣੀ ਮਾਰੋ ਅਤੇ ਬਹਿਜੋ ਥੱਲੇ, ਕੋਈ ਨਿਆਣਾ ਪਾਉਣ ਦੀ ਲੋੜ ਨਹੀਂ। ਅਤੇ ਮੰਨ ਕੇ ਚੱਲੋ ਵੀ ਬੱਚੇ ਵਾਲਾ ਕੰਮ ਤਾਂ ਜਿਵੇਂ ਕੰਮ ਕਲੀਅਰ ਹੀ ਆ, ਨਾ ਬੱਚਾ ਛੱਡਣ ਦੀ ਲੋੜ, ਨਾ ਬੱਚਾ ਖੋਲ੍ਹਣ ਦੀ ਲੋੜ। ਸੋ ਦੇਖੋ ਧਾਰਾ ਵਗੈਰਾ ਪੂਰਾ ਸਾਫ਼ ਸੁਥਰਾ, ਮੁੱਠੀ ਵਾਲਾ ਥਾਣਾ। ਅਤੇ ਵੀਰੇ ਮਗਰ ਥਣਾ ਧਾਰਾ ਮਤਲਬ ਥਣ ਦੇਖੋ, ਜਿਵੇਂ ਗੁੱਲੇ ਵਾਲਾ ਮੋਟਾ ਥਣ। ਸੋ ਦੇਖੋ ਧਾਰਾ ਵਗੈਰਾ ਓਕੇ ਆ ਜਮਾਂ, ਹਨਾ। ਅਤੇ ਭਾਵ ਯਾਰ ਇਹਨਾਂ ਦੇ ਕੀ ਰਹਿਣੇ? ਦੋ ਜਣੇ ਬਹਿ ਕੇ ਧਾਰਾ ਮਾਰੀ ਚਲੋ ਭਾਵੇਂ, ਹਨਾ। ਦੋ ਬਸ ਉਹੀ ਦਿਖਾਉਂਦੇ ਆ 15-16 ਕਿਲੋ ਤੋਂ ਬਾਹਰ ਵਾਲੀਆਂ ਹੁੰਦੀਆਂ। ਸੋ ਦੇਖੋ ਧਾਰਾਂ ਚੋਣ ਚਵਾ ਇੱਕ ਨੰਬਰ ਆ। ਤੇ ਰੇਟ ਬਾਜ਼ਾਰ ਬਾਈ ਜੀ ਇਹਨਾਂ ਦਾ ਕੀ ਰਹੂਗਾ? ਰੇਟ ਆਪਾਂ ਕਰਾਂਗੇ ਫੋਨ ਤੇ, ਹੋਊਗਾ ਜਾਈ ਚੀਜ਼ ਦੇ ਹਿਸਾਬ ਨਾਲ ਹੋਊਗਾ। ਮੰਨ ਕੇ ਚੱਲੀਏ ਵੀ ਇਹਨੂੰ 18 ਲੀਟਰ ਦੁੱਧ ਮੰਨ ਕੇ ਲੈ ਲਏ ਬੰਦਾ, ਠੀਕ ਹੈ। ਤੇ ਪਾਊ ਵੀ ਫੈਟ ਵਾਲਾ ਤੇ ਥਣ ਵੀ ਸੋਹਣਾ, ਹਨਾ। ਸੋ ਥਣ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ। ਤੇ ਦੂਜੇ ਨੰਬਰ ਜਿਹੜੀ ਇਹ ਸੂਈ ਵੀ ਦੇਖੀ ਜਾਂਦੇ ਆਪਾਂ, ਇਹ ਵੀ ਆਪਣੇ ਘਰੇ ਸੂਈ ਆ, ਇਹਦੇ ਮਗਰ ਬੱਚਾ ਕੀ ਹੈ? ਜੇਰ ਜੂ ਰੋਕਿਆ ਜਾ, ਕਿੰਨਾ ਕੁ ਦੁੱਧ ਆ ਹੁਣ ਸਟਾਰਟਿੰਗ? ਦੂਜਾ ਸੂਆ ਕੱਦ ਬੈਠ ਖੈਰ ਚੰਗੀ ਆ। ਤੇ ਚੌਥਾ ਦਿਨ ਹੋ ਗਿਆ ਅੱਜ ਸੂਈ ਨੂੰ। ਸੋ ਲੇਵਾ ਵਗੈਰਾ ਦੇਖੋ, ਫਿਟਿੰਗ ਵਾਲਾ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਹੈਗਾ। ਤੇ ਦੁੱਧ ਮੰਨ ਕੇ ਚੱਲੀਏ 12 ਲੀਟਰ ਮੰਨ ਕੇ ਬੰਦਾ ਲੈ ਸਕਦਾ। ਸੋ ਬੱਚਾ ਦੇਖੋ ਪਿੱਛੇ ਮੇਲ ਕਾਪ, ਇਹਦੇ ਜਿਵੇਂ ਮਰਜ਼ੀ ਧਾਰਾਂ ਮਾਰੇ ਚੱਲੋ, ਮਾਰਦੀ ਬਣੇ ਧਾਰਾਂ ਇਹਦੇ ਵੀ। ਸੋ ਫਿਰ ਧਾਰਾਂ ਵਗੈਰਾ ਦੇਖੋ, ਧਾਰਾਂ ਆਪਾਂ ਇਹਦੇ ਮਾਰ ਕੇ ਦਿਖਾ ਦਿੰਦੇ ਹਾਂ। ਸੋ ਦੇਖੋ ਧਾਰਾਂ ਚੋਣ ਚਵਾ ਦੀ ਇੱਕ ਨੰਬਰ ਆ, ਕੋਈ ਭੂਰ ਸਰਲਾ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਦੇਖੋ ਬਾਕੀ ਮੇਨ ਗੱਲ ਇਹਨਾਂ ਦੀ ਇਹ ਹੁੰਦੀ ਜਰਸੀਆਂ ਦੀ, ਦੁੱਧ ਬੇਸਾ ਘੱਟ ਦੇ ਦੇਣ, ਪਰ ਨਿਆਣਾ ਪਾਉਣ ਦੀ ਲੋੜ ਨਹੀਂ ਪੈਂਦੀ, ਜਦੋਂ ਜੀ ਕਰਦਾ ਚੋਲੋ। ਸੋ ਵੈੜ ਦੇਖੋ ਪੂਰੇ ਪਸਮਾ ਦੇ ਵਿੱਚ ਆ ਗਈ ਹੁਣ। ਸੋ 98787 5609 ਦੋ ਵੈੜਾ ਸੂਈਆਂ ਸਵਾਈਆਂ, ਇਹ ਫੋਰ ਸੇਲ ਆ, ਪਿੰਡ ਗੁਰਮਾ, ਜ਼ਿਲ੍ਹਾ ਬਰਨਾਲਾ। ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ।